हर जेठ जुड़ंदा लोड़िए जिस अगे सब निवन हर जेठ जुड़ंदा लोड़िए जिस अगे सब निवन हर जेठ जुड़ंदा लोड़िए हर जेठ जुड़ंदा लोड़िए जिस अगे सब निवन जिस अगे सब निमन जिस तै विच पौण वह सदवाओ तै विच चले लख दरिया तै विच चले लख दरिया तै विच अगन ਤਪੀ ਪਾਰ ਤੈ ਵਿਤਰਸੀ ਤਪੀ ਪਾਰ ਤੈ ਵਿੱਚ ਇੰਦ ਫਿਰੈ ਸਿਰ ਪਾਰ ਤੈ ਵਿੱਚ ਰਾਜਾ ਧਰਮ ਦੁਆਰ ਤੈ ਵਿੱਚ ਸੂਰਜ ਤੈ ਵਿੱਚ ਚੰਦ ਕਹੋ ਕਰੋੜੀ ਚਲ ਤਨ ਤੈ ਵਿੱਚ ਸਿੱਧ ਪੁੱਤ ਸੁਰਨਾਥ ਤੈ ਵਿੱਚ ਆਡਾਣੇ ਤੈ ਵਿੱਚ ਜੋਤ ਮਹਾਬਲ ਸੂਰ ਤੈ ਵਿੱਚ ਆਵੇ ਜਾਵੇ ਤੂਰ ਜਿਸ ਅੱਗੇ ਸਭ ਨਿਮਨ ਜਿਸ ਅੱਗੇ ਸਭ ਨਿਮਨ ਉਹ ਜਿਸ ਅੱਗੇ ਸਭ ਨਿਮਨ ਜਿਸ ਅੱਗੇ ਸਭ ਨਿਮਨ ਸਾਹਿਬ ਕਹਿੰਦੇ ਜਿਹਦੇ ਅੱਗੇ ਸਾਰੇ ਨੀਵੀਆਂ ਪਾ ਰਹੇ ਨੇ ਜਿਹਦਾ ਹੁਕਮ ਸਾਰਿਆਂ ਤੇ ਚੱਲਦਾ ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਸਾਰੇ ਭੈ ਵਿੱਚ ਨੇ ਉਸ ਸ੍ਰਿਸ਼ਟੀ ਦੇ ਮਾਲਕ ਦੇ ਨਾਲ ਜੁੜਦੇ ਜਿਹਦੇ ਅੱਗੇ ਸਾਰੇ ਨੀਵੀਆਂ ਪਾ ਦਿੰਦੇ ਨੇ ਜਿਹਦੇ ਹੁਕਮ ਦੇ ਵਿੱਚ ਨੇ ਭੈ ਵਿੱਚ ਪਾਉਣ ਵਹਿ ਸਦਵਾ ਉਹ ਭੈ ਵਿੱਚ ਚੱਲੈ ਆ ਪਾਉਣ ਹਵਾ ਲੱਖਾਂ ਹੀ ਦਰਿਆ ਜਿਹਦੇ ਹੁਕਮ ਦੇ ਵਿੱਚ ਨੇ ਭੈ ਦੇ ਵਿੱਚ ਜਿਸ ਅੱਗੇ ਸਭ ਨਿਮਣ ਭੈ ਵਿੱਚ ਕੌਣ ਵਹਿ ਸਦਵਾਓ ਭੈ ਵਿੱਚ ਚੱਲੈ ਲੱਖ ਦਰਿਆ ਉਹ ਭੈ ਵਿੱਚ ਅਗਨ ਕੜੈ ਵੈਗਾਰ ਭੈ ਵਿੱਚ ਧਰਤੀ ਅੱਗ ਜਿਹਦੇ ਹੁਕਮ ਦੇ ਵਿੱਚ ਹੈ ਧਰਤੀ ਜਿਹਦੇ ਹੁਕਮ ਦੇ ਵਿੱਚ ਹੈ ਭੈ ਵਿੱਚ ਅਗਨ ਕੜੈ ਵੈਗਾਰ ਭੈ ਵਿੱਚ ਧਰਤੀ ਭੈ ਵਿੱਚ ਇੰਦਰ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਇੰਦਰ ਵੀ ਧਰਮ ਦੁਆਰ ਧਰਮ ਰਾਜ ਉਹ ਵੀ ਜਿਹਦੇ ਭੈ ਦੇ ਵਿੱਚ ਨੇ ਭੈ ਵਿੱਚ ਇੰਦਰ ਫਿਰੈ ਸਿਰ ਪਾਰ ਭੈ ਵਿੱਚ ਰਾਜਾ ਧਰਮ ਦੁਆਰ ਕਹਿੰਦੇ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਹੋ ਕਰੋੜੀ ਜਿਹੜੇ ਕਰੋੜਾਂ ਕੋ ਰੋਜ਼ ਤੇ ਤੁਰਦੇ ਪਏ ਨੇ ਬਿਨਾਂ ਕਿਸੇ ਸਹਾਰੇ ਤੋਂ ਚੰਦ ਤੇ ਸੂਰਜ ਉਹ ਵੀ ਕਿਸੇ ਦੇ ਭੈ ਦੇ ਵਿੱਚ ਨੇ ਕਹਿੰਦੇ ਤੂੰ ਉਹਦੇ ਭੈ ਦੇ ਵਿੱਚ ਆਖੋ ਸਤਨਾਮ ਭੈ ਵਿੱਚ ਸਿੱਧ ਬੁੱਧ ਸੁਰਨਾਥ ਆ ਸਿੱਧੀਆਂ ਪ੍ਰਾਪਤ ਕਰ ਲੈਣ ਵਾਲੇ ਜਿਨ੍ਹਾਂ ਦੇ ਰਸਨਾ ਤੇ ਸਿੱਧੀ ਬੈਠੀ ਹੈ ਉਹ ਵੀ ਉਹਦੇ ਭੈ ਚ ਬੁੱਧ ਬੁੱਧੀਮਾਨ ਲੋਕ ਸੁਰ ਦੇਵਤੇ ਨਾਥ ਆ ਜਿਹੜੇ ਰਿਸ਼ੀ ਮੁਨੀ ਫਿਰਦੇ ਸਾਰੇ ਭੈ ਵਿੱਚ ਸਿੱਧ ਬੁੱਧ ਸੁਰ ਨਾਥ ਭੈ ਵਿੱਚ ਆਡਾਣੇ ਭੈ ਵਿੱਚ ਜੋਤ ਮਹਾਬਲ ਸੂਰ ਆ ਜਿਤਨੇ ਸੂਰਮੇ ਜਿਤਨੇ ਜੋਧੇ ਫਿਰਦੇ ਨੇ ਉਹਦੇ ਭੈ ਚ ਭੈ ਵਿੱਚ ਆਵੇ ਜਾਵੇ ਇਹ ਸਾਰੇ ਆਉਣ ਜਾਣ ਦਾ ਗੇੜ ਜਿਹੜਾ ਤੁਰਿਆ ਪਿਆ ਉਹਦੇ ਭੈ ਦੇ ਵਿੱਚ ਉਹ ਜਿਹਦੇ ਅੱਗੇ ਸਾਰੇ ਨੀਵ ਕੇ ਬੈਠੇ ਨੇ ਸਾਹਿਬ ਕਹਿੰਦੇ ਨੇ ਜਿਸ ਅੱਗੇ ਸਭ ਨਿਵਣ ਜਿਸ ਅੱਗੇ ਸਭ ਨਿਵਣ ਜਿਸ ਅੱਗੇ ਸਭ ਨਿਵਣ ਜਿਸ ਅੱਗੇ ਸਭ ਨਿਵਣ ਵਾਹਿਗੁਰੂ 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 ਵਾਹਿਗੁਰੂ।
जिसे आके सब निवन जिसे आके सब निवन जिसे आके सब निवन जिसे आके सब निवन हर जेठ जुड़ंदा सब निवन हर जेठ जुड़ंदा लोड़िए जिसे आके सब निवन हर जेठ जुड़ंदा लोड़िए हर जेठ जुड़ंदा लोड़िए जिस आके सब जैसे आके सब निवन हर सज्जन दावण लगिया हर सज्जन दावण लगिया किसे ना देई मन किसे ना देई मन हर सज्जन दावण लगिया किसे ना देई मन ਕਹਿੰਦੇ ਹਰ ਸੱਜਣ ਦਾਵਣ ਲੱਗੀਆਂ ਦਾਵਣ ਕਹਿੰਦੇ ਨੇ ਦਮਨ ਨੂੰ ਪੱਲੇ ਕਹਿੰਦੇ ਗੁਰੂ ਦੇ ਦਾਵਣ ਲੱਗੀਆਂ ਉਹ ਗੁਰੂ ਦਾ ਪੱਲਾ ਫੜ ਕਿਸੇ ਨਾ ਦੇਈ ਬੰਨ ਕਿਸੇ ਦੀ ਜ਼ਰੂਰਤ ਨਹੀਂ ਹੋਏਗੀ ਕਿ ਤੈਨੂੰ ਬੰਨ ਲਵੇ ਬੜੇ ਧਿਆਨ ਨਾਲ ਸੁਣੇ ਆ ਜੇਠ ਦੇ ਮਹੀਨੇ ਦੇ ਵਿੱਚ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਮਨ ਫਿਰ ਕਹਿੰਦੇ ਨੇ ਕਹਿੰਦੇ ਹਰ ਸੱਜਣ ਦਾਵਣ ਲੱਗਿਆ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਜਿਹੜਾ ਆਪਣੇ ਸੱਜਣ ਦੇ ਲੜ ਲੱਗ ਗਿਆ ਕੋਈ ਤੈਨੂੰ ਨਹੀਂ ਬਣ ਸਕੇਗਾ ਨਾ ਕੋਈ ਬਾਹਰੋਂ ਨਾ ਕੋਈ ਅੰਦਰੋਂ ਆ ਤਿੰਨ ਤਰਫੋਂ ਸਤਸੰਗ ਤਿੰਨ ਤਰਫੋਂ ਸਾਹਿਬ ਇਸ਼ਾਰਾ ਦਿੰਦੇ ਤਿੰਨ ਤਰਫੋਂ ਤੁਹਾਨੂੰ ਕੋਈ ਬੰਨ ਸਕਦਾ ਇੱਕ ਬਾਹਰੋਂ ਜਿਹੜੀ ਬਾਹਰਲੀ ਦੁਨੀਆ ਆਪਾਂ ਵੇਖ ਰਹੇ ਹਾਂ ਆ ਦੁਨੀਆ ਦੇਖ ਰਹੇ ਹਾਂ ਨਾ ਜੇ ਕੋਈ ਇੱਥੋਂ ਬੰਨ ਸਕਦਾ ਕੋਈ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਔਖਾ ਕਰ ਸਕਦਾ ਇੱਕ ਅੰਦਰਲੀ ਦੁਨੀਆ ਮੇਰੇ ਗੁਰਦੇਵ ਕਹਿੰਦੇ ਨੇ ਕਹਿੰਦੇ ਪੰਚ ਵਿਖਾਤੀ ਏਕ ਗਰੀਬਾ ਰੱਖੋ ਇੱਥੇ ਅੰਦਰਲੀ ਪੁਕਾਰ ਕੀਤੀ ਗਈ ਹੈ ਨਾ ਬਾਹਰਲੇ ਦੁਸ਼ਮਣ ਤੈਨੂੰ ਬਣ ਸਕਣਗੇ ਨਾ ਅੰਦਰਲੇ ਦੁਸ਼ਮਣ ਤੈਨੂੰ ਬਣ ਸਕਣਗੇ ਤੇਰੀ ਕਮਾਈ ਲੁੱਟ ਨਹੀਂ ਸਕਣਗੇ ਤੈਨੂੰ ਡੁਲਾ ਨਹੀਂ ਸਕਣਗੇ ਆਹ ਜਿਹੜੇ ਪੰਜ ਵਿਖਾਦੀ ਅੰਦਰ ਬੈਠੇ ਨੇ ਤੈਨੂੰ ਹਿਲਾ ਨਹੀਂ ਸਕਣਗੇ ਤੇ ਤੀਸਰਾ ਜਿੱਥੋਂ ਬੰਨਿਆ ਜਾਂਦਾ ਧਰਮ ਰਾਏ ਦੇ ਦੂਤ ਆਖੋ ਸਤਨਾਮ ਧਰਮ ਰਾਏ ਦੇ ਦੂਤ ਜਿਹਨੂੰ ਆਪਾਂ ਕਹਿੰਦੇ ਯਮ ਦੂਤ ਮੇਰੇ ਸਾਹਿਬ ਕਹਿੰਦੇ ਨੇ ਧਰਮ ਰਾਜ ਨੂੰ ਵੀ ਹੁਕਮ ਕਰ ਦਿੱਤਾ ਗਿਆ ਕੀ ਕਹਿੰਦੇ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਤੇਰੀ ਸਰਕਾਰੀ ਉਹਨਾਂ ਤੇ ਚੱਲੇਗੀ ਤੇਰੀ ਵਾਹ ਉਹਨਾਂ ਤੇ ਚੱਲੇ ਜਿਹੜੀ ਦੁਸ਼ਟ ਆਤਮਾ ਨੇ ਬੜੇ ਧਿਆਨ ਨਾਲ ਸੁਣਿਓ ਜਿਹੜੀਆਂ ਦੁਸ਼ਟ ਆਤਮਾ ਜਿਹੜੇ ਨੇਕ ਕੰਮ ਨਹੀਂ ਕਰਦੇ ਭਜਨ ਨਹੀਂ ਕਰਦੇ ਬੰਦਗੀ ਨਹੀਂ ਕਰਦੇ ਮਾਲਕ ਧਰਮ ਰਾਏ ਨੂੰ ਕਹਿੰਦੇ ਤੇਰਾ ਹੁਕਮ ਉਹਨਾਂ ਤੇ ਚੱਲੇ
तेरा जोर उन्हां ते चले दूजे पाए दुष्ट आत्मा ओ तेरी सरकार फिर अगे कहिंदे ने अध्यात्मी हर गुण तास मन जपै एक मुरार कहिंदे जिहड़े अध्यात्मी ने अध्यात्म दे मार्ग ते तोरे ने जिहड़े एक दी आस विच एक दे प्यार च बैठे ने एक दे विच बैठे ने जिन्होंने एक दा पल्ला फड़िया एक दा दमन फड़िया कहिंदे अध्यात्मी हर गुण तास मन जपै एक मुरार तिन की सेवा धर्म राय करे धन सवारण हार आखो सतनाम कहिंदे ओ सवारण हार वाहिगुरु जी तुसी धन हो नाम जपण वाले नू भजन करन वाले नू जिहड़ा वाहिगुरु जी तुहाडा पल्ला फड़े इन्ना माण दिंदे हो कि तिन की सेवा धर्म राय करे बन नहीं सकेगा धर्म राय भी धर्म राय दे दूत भी तेनू बन नहीं सकणगे तीन थावां तो बंदा बनिया जांदा एक आ जिहड़ी बाहरली दुनिया वेख रहे हो एक अंदर जिहड़ा दुनिया तुर रही है एक धर्म राय जिहड़ी अणडिठी दुनिया है अणडिठी ध्यान देखना ना तेनू कोई बाहरों बन सकेगा ना तेरे अंदरले विकार तेनू बन के हरास कर सकणगे बन के तेनू चोट पहुंचा सकणगे ना ही धर्म राय दे दूत भी हिम्मत पाएगी क्यों मालक कहिंदे अध्यात्मी हर गुण तास मन जपै एक मुरार तिन की सेवा धर्म राय करे तिन की सेवा धर्म राय करे तन सवारण हार आखो सतनाम आ साहिब इन्ना माण देंदे नाम जपण वाले नूं की कहिंदे ने हर सज्जण दामण लैके किसे न दे बन किसे न दे बन माणक मोती नाम प्रभ माणक मोती नाम प्रभ उन लगे नाही सन उन लगे नाही सन कहिंदे माणक मोती नाम प्रभ ਇਹ ਜਿਹੜੇ ਦੁਨੀਆਂ ਦੇ ਮਾਣਕ ਮੋਤੀ ਨੇ ਧਨ ਪਦਾਰਥ ਨੇ ਭਾਈ ਇਹਨਾਂ ਨੂੰ ਤਾਂ ਕੋਈ ਸੰਨ ਲਾ ਕੇ ਚੋਰੀ ਕਰ ਸਕਦਾ ਕੋਈ ਚੋਰ ਚੋਰੀ ਕਰ ਸਕਦਾ ਅੱਗ ਬਾਲ ਸਕਦੀ ਪਾਣੀ ਡੋਬ ਸਕਦਾ ਇਹ ਮਾਇਆ ਇਹ ਧਨ ਪਦਾਰਥ ਪਰ ਸਾਹਿਬ ਕਹਿੰਦੇ ਜਿਸ ਧਨ ਦੀ ਮੈਂ ਗੱਲ ਕਰ ਰਿਹਾ ਆ ਜੇਠ ਦੇ ਮਹੀਨੇ ਦੇ ਵਿੱਚ ਜਿਹੜਾ ਧਨ ਮੈਂ ਸੰਚਣ ਲਈ ਕਹਿ ਰਿਹਾ ਜਿਹਦਾ ਦਮਨ ਪਕੜਨ ਲਈ ਮੈਂ ਤੁਹਾਨੂੰ ਕਹਿ ਰਿਹਾ ਉਹ ਭੋਲਿਓ ਇਹ ਨਾਮ ਮਾਣਕ ਹੈ ਇਹ ਨਾਮ ਮੋਤੀ ਹੈ ਔਰ ਧਿਆਨ ਦੇਣਾ ਜਿਹਦੇ ਕੋਲ ਇਹ ਮਾਣਕ ਮੋਤੀ ਹੋਣਗੇ ਵੱਡਾ ਸ਼ਾਹ ਕਵਾਏਗਾ ਔਰ ਵੱਡੀ ਗੱਲ ਇਹ ਹੈ ਉਹ ਵੱਡਾ ਸ਼ਾਹ ਕਵਾਉਂਦਿਆਂ ਉਹਦੇ ਕੋਲ ਕਦੇ ਚੋਰੀ ਨਹੀਂ ਹੋ ਸਕਦੀ ਕਦੇ ਉਹਨੂੰ ਸੰਨ ਨਹੀਂ ਲੱਗ ਸਕਦੇ ਆਪੋ ਸਤਨਾਮ ਮਾਣਕ ਮੋਤੀ ਨਾਮ ਪ੍ਰਭ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਉਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਰੰਗ ਸਭੇ ਨਾਰਾਇਣ ਨਾਰਾਇਣ ਜੇਤੇ ਮਨ ਪਾਵਨ ਧਿਆਨ ਦੇਣਾ ਮੇਰੇ ਸਾਹਿਬ ਕਹਿੰਦੇ ਨੇ ਜਿਹਨੇ ਨਾਮ ਦੇ ਵਿੱਚ ਆਪਣੇ ਮਨ ਨੂੰ ਗੜੂੰਦ ਕਰ ਲਿਆ ਗੜੂੰਦ ਪਿਉਂਦ ਕਰ ਲਿਆ ਇੱਕ ਮਿੱਕ ਧਿਆਨ ਦੇਣਾ ਫਿਰ ਉਹਦੇ ਰੰਗ ਨੂੰ ਮਾਣਦਾ ਉਹਦੇ ਹਰ ਰੰਗ ਨੂੰ ਮਾਣਦਾ ਮੈਂ ਸੱਚ ਕਹਿ ਰਿਹਾ ਫਿਰ ਦੁੱਖ ਦੇ ਵਿੱਚ ਵੀ ਦੁੱਖ ਮਹਿਸੂਸ ਨਹੀਂ ਕਰਦਾ ਉਹਦੇ ਹਰ ਰੰਗ ਨੂੰ ਉਹ ਮਾਣਦਾ ਹੈ ਮਾਣਦਾ ਜੋ ਹਰ ਲੋੜੇ ਸੋ ਕਰੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸੋਈ ਜੀ ਕਰਨ ਜੋ ਰੱਬ ਨੂੰ ਚੰਗਾ ਲੱਗਦਾ ਉਹੀ ਰੱਬ ਕਰਦਾ ਉਹੀ ਜੀਆਂ ਪਾਸੋਂ ਕਰਾਂਦਾ ਜੋ ਰੱਬ ਨੂੰ ਚੰਗਾ ਲੱਗੇ ਜੋ ਹਰ ਲੋੜੇ
ਸੋ ਕਰੇ ਸੋਈ ਜੀ ਕਰਨ ਕਰਨ ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿੰਦੇ ਉਹਨੂੰ ਕੋਈ ਖੌਫ ਨਹੀਂ ਆਪਣੀ ਮਰਜ਼ੀ ਚਲਾਉਂਦਾ ਆਪਣੀ ਮਰਜ਼ੀ ਕਰਦਾ ਉਹ ਰੱਬ ਉਹਨੂੰ ਜੋ ਚੰਗਾ ਲੱਗੇ ਉਹੀ ਕੰਮ ਕਰਦਾ ਤੇ ਜਿਹਦੇ ਕੋਲੋਂ ਜਿਹੜਾ ਮਰਜ਼ੀ ਕੰਮ ਕਰਾਉਣਾ ਚਾਹੇ ਉਹ ਕੁਝ ਹੀ ਕਰਾਉਂਦਾ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਨ ਸੇਈ ਕਹੀਏ ਤਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਨ ਜਿਹਨੂੰ ਪ੍ਰਭੂ ਆਪਣਾ ਬਣਾ ਲੈਂਦਾ ਜੋ ਪ੍ਰਭ ਕੀਤੇ ਆਪਣੇ ਜਿਹਨੂੰ ਪ੍ਰਭੂ ਆਪਣਾ ਬਣਾ ਲੈਂਦਾ ਸਹੀ ਕਹੀਏ ਧੰਨ ਬਸ ਆ ਅਰਦਾਸ ਕਰੀਏ ਸੱਚੇ ਪਾਤਸ਼ਾਹ ਤੇਰੇ ਤੋਂ ਵਿਛੜਿਆ ਤੇਰੇ ਨਾਮ ਤੋਂ ਵਿਛੜਿਆ ਮੈਨੂੰ ਆਪਣਾ ਬਣਾ ਲੈ ਆਪਣਾ ਜਾਨ ਕਰੋ ਪ੍ਰਤਪਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਤਵ ਚਰਨਨ ਮਨ ਰਹੇ ਹਮਾਰਾ ਉਹ ਮੇਰੇ ਸਾਈਆਂ ਤੇਰੇ ਤੋਂ ਟੁੱਟਿਆ ਤੇਰੇ ਨਾਮ ਤੋਂ ਟੁੱਟਿਆ ਤੇਰੇ ਭਜਨ ਤੋਂ ਟੁੱਟਿਆ ਮੈਨੂੰ ਆਪਣਾ ਬਣਾ ਤੇ ਜਿਹਨੂੰ ਤੂੰ ਆਪਣਾ ਬਣਾ ਲੈਂਦਾ ਫਿਰ ਦੁਨੀਆਂ ਉਹਨੂੰ ਧੰਨ ਕਹਿੰਦੀ ਹੈ ਧੰਨ ਕੀ ਕਹਿੰਦੀ ਜੋ ਪ੍ਰਭ ਕੀਤੇ ਆਪਣੇ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ ਆਪਣ ਲੀਆ ਜੇ ਮਿਲੇ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ ਵਿਛੜ ਕਿਉਂ ਰੋਵਨ ਆਪਣ ਲੀਆ ਜੇ ਮਿਲੇ ਆਪਣ ਲੀਆ ਜੇ ਮਿਲੇ ਆਪਣ ਲਿਆ ਜੇ ਮਿਲੇ ਆਪਣ ਲਿਆ ਜੇ ਮਿਲੇ ਆਪਣ ਲਿਆ ਜੇ ਮਿਲੇ ਵਿਛੜ ਕਿਉਂ ਰੋਵਨ ਵਿਛੜ ਕਿਉਂ ਰੋਵਨ ਵਿਛੜ ਕਿਉਂ ਰੋਵਨ ਵਿਛੜ ਕਿਉਂ ਰੋਵਨ ਆਪਣ ਲਿਆ ਜੇ ਮਿਲੇ ਜੇ ਮੇਰੇ ਕਰਕੇ ਕੁਝ ਮਿਲਣਾ ਹੋਵੇ ਜੇ ਮੇਰੇ ਕਰਕੇ ਕੋ ਪ੍ਰਭੂ ਮੈਨੂੰ ਮਿਲ ਜਾਵੇ ਤੇ ਮੈਂ ਵਿਛੜ ਕੇ ਫਿਰ ਚੋਟਾਂ ਕਿਉਂ ਖਾਂਦਾ ਕਿਉਂ ਰੋਂਦਾ ਜੇ ਮੇਰੇ ਕੀਤਿਆਂ ਅਗਰ ਮੈਨੂੰ ਸੁੱਖ ਪਦਾਰਥ ਮਿਲਦੇ ਹੋਣ ਫਿਰ ਮੈਂ ਰੋਂਦਾ ਕਿਉਂ ਇਹ ਤਾਂ ਮਾਲਕਾ ਤੇਰੀ ਦਾਤ ਹੈ ਇਹ ਤਾਂ ਤੇਰੀ ਬਖਸ਼ਿਸ਼ ਹੈ ਤੇਰੀ ਬਖਸ਼ਿਸ਼ ਤੇ ਸਾਹਿਬ ਕਹਿੰਦੇ ਨੇ ਵੇਖ ਆਹ ਤੈਨੂੰ ਇੱਕ ਜੁਗਤੀ ਦੇਣਾ ਹੀ ਆ ਦਾਤਾਂ ਸਾਰੀਆਂ ਤੇਰੀ ਝੋਲੀ 'ਚ ਪੈਣਗੀਆਂ ਇੱਕ ਕੰਮ ਕਰ ਕਿਹੜਾ ਸਾਧੂ ਸੰਗ ਪ੍ਰਾਪਤੇ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣ ਨਾਨਕ ਰੰਗ ਮਾਣ ਨਾਨਕ ਰੰਗ ਮਾਣ ਨਾਨਕ ਰੰਗ ਮਾਣ ਸਾਧੂ ਸੰਗ ਪ੍ਰਾਪਤ ਗੁਰੂ ਦੀ ਸੰਗਤ ਦੇ ਵਿੱਚ ਤੇ ਗੁਰੂ ਦੇ ਰੰਗੇ ਮਹਾਂਪੁਰਖਾਂ ਦੀ ਸੰਗਤ ਗੁਰੂ ਦੀ ਸੰਗਤ ਦੇ ਵਿੱਚ ਤੇ ਜਿਹੜੇ ਗੁਰੂ ਨੂੰ ਕਮਾਉਂਦੇ ਨੇ ਉਹ ਪੂਰਨ ਮਹਾਂਪੁਰਖ ਜਿਨ੍ਹਾਂ ਨੂੰ ਜੀਵਨ ਜਿਉਣ ਦੀ ਜਾਚ ਹੈ ਕਹਿੰਦੇ ਕਿਧਰੇ ਉਹਨਾਂ ਦਾ ਸੰਗ ਹੋ ਜਾਵੇ ਨਾਨਕ ਰੰਗ ਮਾਣਨ ਆ ਰੰਗ ਮਾਣ ਲਏਗਾ ਬਰਕਤਾਂ ਝੋਲੀਆਂ 'ਚ ਪੈ ਜਾਣਗੀਆਂ ਝੋਲੀਆਂ ਭਰ ਜਾਣਗੀਆਂ ਤੇਰੀਆਂ ਉਹ ਸਜਣਾ ਸ੍ਰੀ ਅਕਾਲ ਸਾਹਿਬ ਸਾਨੂੰ ਇਹ ਤਾਕੀਦ ਕਰ ਰਹੇ ਨੇ ਕਿ ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ ਮਾਣਨ
ਅਸੀਂ ਬੇਨਤੀ ਰੂਪ ਦੇ ਵਿੱਚ ਸਾਹਿਬ ਦੇ ਚਰਨਾਂ 'ਚ ਪੰਗਤੀਆਂ ਰੱਖਣੀਆਂ। ਮੇਰੇ ਸਾਈਆਂ, ਮੈਂ ਸੁਣਿਆ ਨਾਨਕ ਰੰਗ ਮਾਣਨ, ਆ ਰੰਗ ਉਹੀ ਮਾਣਦੇ ਜਿਹੜੇ ਸਾਧੂਆਂ ਦੀ ਸੰਗਤ 'ਚ ਜੁੜਦੇ, ਭਜਨ ਭਜਨੀਕ ਵਾਲਿਆਂ ਦੀ ਸੰਗਤ ਦੇ ਵਿੱਚ ਸੰਗਤ ਕਰਦੇ ਨੇ, ਗੁਰੂ ਦੀ ਸੰਗਤ ਕਰਦੇ ਨੇ, ਨਾਮ ਜਪਣ ਵਾਲਿਆਂ ਦੀ ਸੰਗਤ ਕਰਦੇ। ਉਹ ਮਾਲਕਾ ਕਿਰਪਾ ਕਰ, ਮੇਰੇ ਮੱਥੇ ਤੇ ਵੀ ਭਾਗ ਚਮਕਾ ਦੇ, ਆਪਣੀ ਕਿਰਪਾ ਦਾ ਮੀਂਹ ਮੇਰੇ ਤੇ ਵੀ ਵਰਸਾ ਦੇ ਸੱਚਿਆ ਪਾਤਸ਼ਾਹ। ਆ ਸਾਧੂ ਦਾ ਸੰਗ ਮੈਨੂੰ, ਗੁਰੂ ਦਾ ਸੰਗ, ਗੁਰੂ ਦਾ ਪਿਆਰ ਮੈਨੂੰ ਮਿਲ ਜਾਵੇ। ਸਾਰੇ ਬੋਲਿਓ, ਸਾਧੂ ਸੰਗ ਪ੍ਰਾਪਤੇ, ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ, ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਤਣੀ, ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਪਾਗ ਮਥਨ, ਜਿਸ ਕੈ ਪਾਗ ਮਥਨ। ਹੁਣੇ ਕੀ ਕਹਿ ਕੇ ਹੱਟੇ ਮੇਰੇ ਪਾਗਾਂ 'ਚ ਲਿਖਦੇ ਲਿਖਦੇ ਮਾਲਕ, ਹਰ ਜੇਠ ਰੰਗੀਲਾ ਤਿਸ ਤਣੀ। ਓਏ, ਇਹ ਜੇਠ ਦਾ ਮਹੀਨਾ, ਆ ਸੜਦਾ ਹੋਇਆ ਮਹੀਨਾ, ਇਹ ਵੱਡਾ ਮਹੀਨਾ, ਇਹ ਤਪਸ਼ ਵਾਲਾ ਮਹੀਨਾ ਰੰਗੀਲਾ ਬਣ ਜਾਏਗਾ, ਉਹਦੇ ਵਾਸਤੇ ਰੰਗ ਭਰਿਆ ਜਾਏਗਾ ਇਸ ਮਹੀਨੇ 'ਚ, ਆਨੰਦ ਆ ਜਾਏਗਾ ਖੇੜੇ 'ਚ ਉਹ ਬੰਦਾ ਜੀਏਗਾ ਜਿਹਦੇ ਮੱਥੇ 'ਤੇ ਤੂੰ ਨਾਮ ਜਪਣ ਵਾਲਿਆਂ ਦੀ ਸੰਗਤ ਲਿਖ ਦੇਗਾ। ਤੋ ਸਤਨਾਮ, ਨਾਮ ਜਪਣ ਵਾਲਿਆਂ ਦੀ ਸੰਗਤ ਮੇਰੇ ਮੱਥੇ 'ਤੇ ਲਿਖ ਦੇ, ਜਿਹਨਾਂ ਦੀ ਬਰਕਤ ਦੇ ਨਾਲ ਮੈਂ ਨਾਮ ਜਪ ਸਕ, ਆ ਮੇਰੇ ਮੱਥੇ 'ਤੇ ਲਿਖ ਦੇ। ਜਿਸ ਕੇ ਭਾਗ ਮੱਥਣ, ਉਹ ਮੇਰੇ ਮੱਥੇ 'ਤੇ ਲਿਖ ਦੇ ਮੇਰੇ ਮਾਲਕਾ। ਜੇ ਨਹੀਂ ਲਿਖਿਆ ਮੇਰੇ ਕਰਮਾਂ 'ਚ, ਨਾ ਅੱਜ ਕਿਰਪਾ ਦੇ ਘਰ 'ਚ ਆ, ਅੱਜ ਬਖਸ਼ਿਸ਼ ਦੇ ਘਰ 'ਚ ਆਓ ਗੁਰਦੇਵ, ਮੇਰੇ ਮੱਥੇ 'ਤੇ ਲਿਖ ਦਿਓ, ਮੈਂ ਗੁਰਦੇਵ ਜੀ ਤੁਹਾਡਾ ਪੱਲਾ ਫੜ ਕੇ ਪਾਰ ਲੰਘ ਜਾਵਾਂ। ਕੋ ਸਤਨਾਮ, ਵਾਹਿਗੁਰੂ, ਸਤਿ ਸ੍ਰੀ ਅਕਾਲ। ਤੁਹਾਡਾ ਪੱਲਾ ਫੜ ਕੇ ਮੈਂ ਪਾਰ ਲੰਘ ਜਾਵਾਂ। ਜੇ ਮੇਰੇ ਕਰਮਾਂ 'ਚ ਨਹੀਂ ਲਿਖਿਆ, ਅੱਜ ਤਰਸ ਦੇ ਖਾਤੇ 'ਚ ਆਓ ਮੇਰੇ ਮਾਲਕਾ। ਤੁਹਾਡੇ ਲਈ ਕਿਹੜੀ ਵੱਡੀ ਬਾਤ, ਤੁਹਾਡੇ ਲਈ ਕਿਹੜੀ ਵੱਡੀ ਬਾਤ, ਕਰ ਦਿਓ ਕਿਰਪਾ ਸਾਈਆ। ਹਰ ਜੇਠ ਰੰਗੀਲਾ ਤਿਸ ਤਣੀ, ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਪਾਗ ਮਥਣ, ਉਹ ਜਿਸ ਕੈ ਪਾਗ ਮਥਣ, ਹਰ ਜੇਠ ਜੁੜਨ ਸਭ ਨਿਵਾਨ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਾਨ, ਹਰ ਜੇਠ ਜੁੜੰਦਾ ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ ਨਿਵਾਨ, ਜਿਸ ਅੱਗੇ ਸਭ